जी ਕਿੱਥੋਂ ਲੈ ਕੇ ਆਏ ਜੋ ਮਾਲ ਪ੍ਰਸ਼ਾਦ ਸਰਗੋਧ ਜ਼ਿਲ੍ਹਾ ਨਾ ਤੇ ਅਸੀਂ ਅਥਾਰਦਾਰੀ ਜ਼ਿਲ੍ਹਾ ਦਾ ਅੱਛਾ ਜ਼ਿਲ੍ਹਾ ਚਾਂਗੇ ਅੱਛਾ ਅਸੀਂ ਅਥਾਰਦਾਰੀ ਅੱਛਾ ਪਿੰਡ ਚੇਲੇ ਵਾਲਾ ਪੱਥਰ ਹੋ ਇਹ ਕਿੰਨੇ ਦਾ ਜੋੜਾ ਦਿੰਦੇ ਜੋ ਵੀ ਜੋੜਾ ਜੀ ਆਪ ਆਪ ਰੇਟ ਪਸੰਦ ਕਰੋ ਜਿਹੜਾ ਚਾਹੀਏ ਉਸ ਦੀ ਬਾਤ ਕਰ ਲੈ ਵੈਸੇ ਜ਼ਿਆਦਾ ਤੋਂ ਘੱਟ ਕਿੰਨੇ ਦਾ ਵੱਧ ਤੋਂ ਵੱਧ 25 ਦਾ ਘੱਟ ਤੋਂ ਘੱਟ 20 ਦਾ ਐਨ ਮੇਰੇ ਵੱਲ ਤੇ ਮੂੰਹ ਕਰ ਹਾਂਜੀ जिले चंग जिले चंग पिंड चेले चेले अच्छा ਉਹਦਾ ਚੇਲੇ ਵਾਲਾ ਚੱਕਾ ਹਾਂ ਕੋਈ ਤਸੀਰ ਕਿਹੜੀ ਆ ਅਠਾਰਦਾਰੀ ਤੇ ਜ਼ਿਲ੍ਹਾ ਚੰਗ ਅੱਛਾ ਅੱਛਾ ਤੇ ਆਪਣਾ ਕੌਣ ਹੁੰਦੇ ਤੁਸੀਂ ਅਸੀਂ ਦਪੜੇ ਜੱਟ ਆ ਕਿਹੜੇ ਦਪੜੇ ਜੱਟ ਫਿਰ ਤਾਂ ਆਪਣੀ ਬਰਾਦਰੀ ਹੋਈ ਕਿ ਜੱਟ ਹਾਂ ਹਾਂ ਜੱਟ ਅੱਛਾ ਇਹ ਤੁਸੀਂ ਇਹ ਕਰਦੇ ਜੋ ਕੰਮ ਇਹ ਭੇਡਾਂ ਦਾ ਵੇਚਣ ਦਾ ਹੀ ਮੁੱਲ ਲਿਆਉਂਦੇ ਤਜਾਰਤ ਹੈ ਨਾ ਤਜਾਰਤ ਕਰਦੇ ਹਾਂ ਅੱਛਾ ਅੱਛਾ ਕੋਈ ਗੱਲ ਸਾਰੇ ਤੁਸੀਂ ਇਹੋ ਕੰਮ ਕਰਦੇ ਜੋ ਜਿਹੜੇ ਤੁਹਾਡੇ ਪਿਛਲੇ ਉੱਥੇ ਨਹੀਂ ਜ਼ਮੀਨਾਂ ਵੀ ਹਨ ਬਰਾਨੀ ਹੈ ਚਣੇ ਹੁੰਦੇ ਤੇ ਤੁਸੀਂ ਝੰਗ ਦੇ ਸ਼ੁਰੂ ਦੇ ਇੱਥੇ ਰਹਿਣਾ ਮਿਲ ਕੇ ਜਾਂ ਨਹੀਂ ਨਹੀਂ ਅਗਲੇ ਲੋਕਲ ਆ ਤੇ ਪਹਿਲਾਂ ਟੋਬੇ ਜੀ ਦੇ ਤਹਿਸੀਲ ਟੋਬਾ ਜ਼ਿਲ੍ਹਾ ਲਾਲਪੁਰ ਥਾਣਾ ਰਜਾਣਾ ਅੱਛਾ ਪਿੰਡ 249 ਜਲੰਧਰੀ ਰਾਜਾਂ ਦਾ ਪਿੰਡ ਅੱਛਾ ਸਨ ਅਜੇ 47 ਤੋਂ ਪਹਿਲੇ 15 ਸਾਲ ਉਜਾੜਾਂ ਤੋਂ ਪਹਿਲੇ ਇੱਥੇ ਆਏ ਸੀ ਉਜਾੜਾਂ ਦਾ 15 ਸਾਲ ਪਹਿਲੋਂ ਆ ਗਏ ਪਹਿਲੇ ਆਏ ਸੀ 15 ਸਾਲ ਪਹਿਲੇ 17 ਸਾਲ ਤਲਵੰਡੀ ਜਿਹੜਾ ਅੱਛਾ ਤਲਵੰਡੀ ਹੈ ਮੂੰਗੀ ਬੰਗਲੇ ਦੇ 47 ਦੇ ਲਾਗੇ ਹੈਗੀ ਤਲਵੰਡੀ ਜੱਟ ਸਭ ਜੱਟ ਹੈ ਮਤਲਬ 78 ਦੇ ਲਾਗੇ ਹਾਂ 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 ਅੱਪੜ ਗਿਆ ਹਾਂ ਤੇ 18 ਸਾਲ 49 35 ਸਾਲ ਇੱਥੇ ਰਹਿ ਗਿਆ ਇੱਥੋਂ ਸਨ 65 ਜੀ ਉੱਤਰ ਗਿਆ ਅੱਛਾ ਵਾਹੀ ਸਾਹਿਬ ਵੀ ਕਰਦੇ ਸੀ ਹਾਂ ਵਾਹੀ ਕਰਦੇ ਆ ਉੱਥੇ ਝੰਗ ਵਾਲੇ ਇਲਾਕੇ ਦਾ ਕੀ ਹਾਲ ਆ ਪਾਣੀ ਦਾ ਜਾਂ ਮਤਲਬ ਨਹੀਂ ਨਹੀਂ ਸਾਰੇ ਕੋਲ ਪਾਣੀ ਕੋਈ ਨਹੀਂ 12 ਦਰੇ ਹੋਰ ਬਣ ਗਏ ਹੈਡ ਤ੍ਰਿਮੂਨ ਦੇ ਅੱਛਾ ਤੇ ਉਹ ਜਿਹੜਾ ਨਾ ਹੁਣ ਆਪਣਾ ਵੈਸੇ ਬਰਾਨੀ ਰਕਵੇ ਅਸੀਂ ਤੇ ਚਣੇ ਬੀਜਦੇ ਆ ਬਾਰਸ਼ੀ ਇਲਾਕੇ ਅੱਛਾ ਚਣੇ ਬੀਜਦੇ ਹਾਂ ਤੇ ਉਹ ਪਾਣੀ ਗੁਜ਼ਰ ਜਾਂਦਾ ਹੈ ਹੈਡ 'ਚ ਇਹਨ ਦੱਸਿਆ ਦਾ ਨਾਂ ਚੱਕਦਾ ਚੇਲੇ ਵਾਲਾ ਇਹ ਚੇਲੇ ਵਾਲੇ ਦੇ ਅਲੱਗ ਅਲੱਗ ਪਿੰਡ ਹੋਰ ਕਿਹੜੇ ਆ ਪਰੇੜੀ ਹੈਦਰਾਬਾਦ ਮਨਕੇਰਾ ਅੱਛਾ ਇਸ ਤਰ੍ਹਾਂ ਅਲੱਗ ਅਲੱਗ ਇਹ ਲਾਗੇ ਲਾਗੇ ਨੇ ਅੱਛਾ ਤੁਸੀਂ 15 ਸਾਲ ਪਾਕਿਸਤਾਨ ਬਣਨ ਤੋਂ ਪਹਿਲਾਂ ਇੱਥੇ ਆ ਗਏ ਹਾਂ 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 ਅੱਛਾ ਅੱਛਾ ਅਜੇ ਇਹ ਨਹੀਂ ਬਣਿਆ ਸੀ ਪਾਕਿਸਤਾਨ ਅੱਛਾ ਸਾਡੇ ਵੱਡ ਕੇ ਇੱਥੇ ਰਹੇ ਤੇ ਤੁਸੀਂ ਹੁਣ ਇੱਥੇ ਰਾਤ ਕਿੱਥੇ ਰਹਿਣਾ ਇੱਥੇ ਗੁਲਾਮ ਮੰਦ ਆਈ ਬੂਹੇ ਵਾਲੀ ਦੁਕਾਨ ਆਈ ਆਪਣਾ ਛੋਟੀ ਵੱਡੀ 44 ਦਾ ਅੱਛਾ 44 ਗੁਲਾਮ ਮੰਦ ਆ ਬੂਹੇ ਵਾਲੀ ਦੁਕਾਨ ਆਈ ਅਰਾਈ ਆਈ ਅੱਛਾ ਉਹਦੀ ਦੁਕਾਨ ਤੇ 8 ਆਣੇ ਰੁਪਈਆ ਭਾੜਾ ਆਮ ਊਂਠਾਂ ਦਿੱਤੀ ਉਸ ਲਈ ਗੱਡੇ ਆਉਂਦੇ ਆ ਲੱਕੜ ਦੇ ਜਾਂ ਊਂਠਾਂ ਦੀ ਸਵਾਰੀ ਆਉਂਦੀ ਅੱਛਾ ਆਮ ਭਾੜਾ ਢੋਇਆ ਅੱਛਾ ਤੇ ਗੁਲਾਮ ਮੁਹੰਮਦ ਇੰਗਲੈਂਡ ਦੇ ਵੀਜ਼ੇ ਉਸ ਲਈ 6000 ਨਾਲ ਹਾਂ ਬਿਲਕੁਲ ਬਿਲਕੁਲ 44 ਦੇ ਹੈਗੇ ਸੀ 44 ਦਾ ਹਾਜੀ ਸ਼ਫੀ ਹੋਣੀ ਬੰਦੇ ਚੰਗੋ ਆਏ ਆ ਵੀ ਛਤਰੇ ਤੇ ਚਾੜਦੇ ਫਿਰਦੇ ਆ ਨਾਲੇ ਵੇਚਦੇ ਫਿਰਦੇ ਆ ਤਜਾਰਤ ਕਰਦੇ ਆ ਬੜੀ ਮਿਹਨਤ ਦਾ ਕੰਮ ਹੈ ਸਾਰੀ ਦਿਹਾੜੀ ਛਤਰੇ ਚਾਰਨੇ ਫਿਰ ਕਿਤੇ ਟਿਕਾਣਾ ਵੀ ਲੱਭਣਾ